ਅੱਜ ਬੜੀ ਪਿਆਰੀ ਸਮੱਤ ਸਤਿਗੁਰ ਜੀ ਦੇ ਰਹੇ ਨੇ। ਮਾਲ ਖਜ਼ਾਨਾ ਥੇ ਹੋ ਘਰ ਹਰ ਕੇ ਚਰਨ। ਫਿਰ ਅਗਲੀ ਪੰਕਤੀ ਚ ਸਾਹਿਬ ਗਿਆਨ ਦੇ ਰਹੇ ਨੇ, ਕਹਿੰਦੇ ਨਾਨਕ ਜਾਚਕ ਦਰ ਤੇਰੇ ਪ੍ਰਭ ਮੰਗੇ ਦਾਨ ਖੁਦ ਨੂੰ ਮੰਗੇ ਤੁਧ ਨੂੰ। ਮਕਸਦ ਤਾਂ ਇਹੀ ਸੀ ਸਾਡਾ, ਇਹ ਮਨੁੱਖਾ ਦੇਈ ਸਾਨੂੰ ਮਿਲੀ ਤੇ ਮਕਸਦ ਕੀ ਸੀ, ਜਾਂ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸੰਗ ਲਾਗ ਲਾਗ। ਜਿਹਦੇ ਤੋਂ ਵਿਛੜੇ ਸੀ, ਆਪਣੇ ਮੂਲ ਤੋਂ ਵਿਛੜੇ ਸੀ ਸਾਧ ਸੰਗਤ, ਮਕਸਦ ਤਾਂ ਇਹੀ ਸੀ ਉਸ ਮੂਲ ਦੇ ਨਾਲ ਜੁੜ ਜਾਣ। ਦੂਰੀਆਂ ਪੈ ਗਈਆਂ ਸਨ, ਮਕਸਦ ਸੀ ਉਸ ਦੂਰੀਆਂ ਨੂੰ ਨੇੜਤਾ ਵਿੱਚ ਤਬਦੀਲ ਕਰ ਦਿੰਦੇ, ਨੇੜਤਾ ਬਣਾ ਲਈ। ਪਰ ਹਾਏ ਮੈਂ ਕੀ ਕਰਦਾ ਰਿਹਾ, ਮੈਂ ਤਾਂ ਦੂਰੀਆਂ ਨੂੰ ਹੋਰ ਦੂਰੀਆਂ ਦੇ ਵਿੱਚ ਤਬਦੀਲ ਕਰ ਦਿੱਤਾ। ਆਖੋ ਸਤਿ ਹੋਰ ਦੂਰੀਆਂ ਪਾ ਦਿੱਤੀਆਂ, ਹੋਰ ਵਿੱਥ ਪਾ ਦਿੱਤੀ, ਹੋਰ ਵਿੱਥ ਪਾ ਦਿੱਤੀ। ਹੁਣ ਮੇਰਾ ਬਣੇਗਾ ਕੀ? ਹੁਣ ਸੱਚੇ ਗੁਰੂ ਨੇ ਇੱਕ ਗਿਆਨ ਦਿੱਤਾ, ਕਹਿੰਦੇ ਮਾਇਆਪਤੀ ਦੀ ਮਾਇਆ ਨੂੰ ਮੰਗਦਾ ਹੈ, ਉਹਦੇ ਬਣਾਏ ਹੋਏ ਪਦਾਰਥਾਂ ਨੂੰ ਮੰਗਦਾ ਹੈ। ਉਹ ਕਦੇ ਬੈਠਿਆ ਕਰ, ਮਾਇਆਪਤੀ ਨੂੰ ਹੀ ਮੰਗਿਆ ਕਰ। ਆਖੋ ਸਤਨਾਮ ਸਤਿ ਸ੍ਰੀ ਅਕਾਲ। ਕਦੇ ਮਾਇਆਪਤੀ ਨੂੰ ਹੀ ਮੰਗ, ਮਾਇਆਪਤੀ ਉਹ ਰੱਬ ਨੂੰ ਮੰਗ। ਸਾਰੀ ਜ਼ਿੰਦਗੀ ਆ ਦੇ ਦੇ, ਆ ਦੇ ਦੇ, ਆ ਦੇ ਦੇ, ਆ ਦੇ ਦੇ, ਆ ਪੁੱਤਰ ਦੇ ਦੇ, ਧੀ ਦੇ ਦੇ, ਚੰਗਾ ਜਵਾਈ ਦੇ ਦੇ, ਫਲਾਣਾ ਦੇ ਦੇ, ਢੰਗਾਣਾ ਦੇ ਦੇ, ਮਾਇਆ ਦੇ ਦੇ, ਸ਼ੋਹਰਤ ਦੇ ਦੇ, ਮਕਾਨ ਦੇ ਦੇ, ਗੱਡੀ ਦੇ ਦੇ, ਸਕੂਟਰ ਦੇ ਦੇ, ਆ ਦੇ ਦੇ, ਉਹ ਦੇ। ਕਦੇ ਮਨ ਨੇ ਕਿਹਾ ਆਪਣਾ ਨਿਤਨੇਮ ਦੇ ਦੇ। ਆਖੋ ਸਤਨਾਮ ਸਤਿ ਸ੍ਰੀ ਅਕਾਲ। ਕਦੇ ਮਨ ਨੇ ਕਿਹਾ ਰੋ ਕੇ, ਹੇ ਗਰੀਬ ਨਿਵਾਜ ਆਪਣਾ ਅੰਮ੍ਰਿਤ ਵੇਲਾ ਦੇ ਤੇ, ਓਏ ਆਪਣੀਆਂ ਯਾਦਾਂ ਦੇ ਦੇ। ਕੋਈ ਵਿਰਲਾ, ਮੈਂ ਨਹੀਂ ਕਹਿੰਦਾ ਕੋਈ ਨਹੀਂ, ਕੋਈ ਵਿਰਲਾ। ਪਾਤਸ਼ਾਹ ਕਹਿੰਦੇ ਇੱਕੋ ਦਾਤਾ ਮੰਗੀ ਹੈ ਸਭ ਕੁਛ ਪੱਲੇ ਪਾਏ, ਇੱਕੋ ਦਾਤਾ ਮੰਗੀ। ਤੂੰ ਇਤਨੀਆਂ ਚੀਜ਼ਾਂ ਮੰਗੀ ਜਾਂਦਾ, ਆ ਦੇ ਆ ਦੇ ਆ ਦੇ, ਪੱਲੇ ਫਿਰ ਵੀ ਕੁਝ ਨਹੀਂ, ਫਿਰ ਖਾਲੀ ਦੇ ਖਾਲੀ, ਫਿਰ ਭੁੱਖੇ ਦੇ ਭੁੱਖੇ। ਭਾਈ ਗੁਰਦਾਸ ਜੀ ਕਹਿੰਦੇ, ਕਹਿੰਦੇ ਦਾਤਾ ਉਹ ਨਾ ਮੰਗੀ ਆ ਫਿਰ ਮੰਗਣ ਜਾਈਏ। ਉਹ ਦਾਤਾ ਕਿਉਂ ਮੰਗਦਾ? ਫਿਰ ਭੁੱਖਾ, ਫਿਰ ਭੁੱਖਾ। ਰਾਜ ਆਇਆ ਨਹੀਂ ਆਇਆ, ਦਾਤਾ ਉਹ ਨਾ ਮੰਗੀ ਆ ਫਿਰ ਮੰਗਣ ਜਾਈਏ। ਕਹਿੰਦੇ ਰੱਜ ਨਹੀਂ ਆਇਆ ਤੈਨੂੰ, ਕਿੰਨੀਆਂ ਦਾਤਾ ਮੰਗਦੇ ਰਹੇ, ਰੋਜ਼ ਮੰਗਦੇ ਰਹੇ ਇਸ ਗੁਰਦਰਬਾਰ ਚ ਖੜੇ ਹੋ ਕੇ, ਆ ਦੇ ਦੇ, ਉਹ ਦੇ, ਪਰ ਪੱਲੇ ਫਿਰ ਵੀ ਕੁਝ ਨਹੀਂ, ਪੱਲੇ ਫਿਰ ਵੀ ਕੁਝ ਨਹੀਂ। ਵਿਆਹ ਨਹੀਂ ਹੋ ਰਿਹਾ ਸੀ, ਪਹਿਲੇ ਜੋਦੜੀਆਂ, ਵਿਆਹ ਹੋ ਜਾਏ, ਵਿਆਹ ਹੋ ਜਾਏ, ਵਿਆਹ ਤੋਂ ਬਾਅਦ ਨਿਆਣਾ ਨਹੀਂ ਹੋ ਰਿਹਾ, ਹੁਣ ਜੋਦੜੀਆਂ, ਨਿਆਣਾ ਹੋ ਜੇ, ਨਿਆਣਾ ਹੋ ਜੇ। ਹੁਣ ਨਿਆਣਾ ਹੋ ਗਿਆ ਸੱਚੇ ਪਾਤਸ਼ਾਹ ਦੇ ਭਵਿੱਖ ਦਾ, ਹਾਂਜੀ। ਹੁਣ ਬੱਚਾ ਜੇ ਗਲਤੀ ਦੇ ਨਾਲ ਕਿਧਰੇ ਸਾਧ ਸੰਗਤ ਅਧਰਮੀ ਨਿਕਲ ਆਇਆ, ਮਾੜੀ ਬਿਰਤੀ ਦਾ ਨਿਕਲ ਆਇਆ, ਫਿਰ ਉਹਨੂੰ ਸੁਧਾਰਨ ਦੀਆਂ ਮੰਗਾਂ, ਫਿਰ ਕਦੇ ਕਿਹੜੀਆਂ ਮੰਗਾਂ, ਕਦੇ ਕਿਹੜੀਆਂ, ਲੱਗਿਆ ਹੀ ਰਹਿੰਦਾ। ਕਦੇ ਕੁਝ ਪੱਲੇ ਪਿਆ, ਅੱਜ ਇਸ ਸਤਸੰਗ ਦੇ ਵਿੱਚ ਅੰਤਰੀਵ ਝਾਤੀ ਮਾਰਨੀ ਹੈ, ਕੁਝ ਪੱਲੇ, ਇੰਨਾ ਕੁਝ ਮੰਗਣ ਤੋਂ ਬਾਅਦ ਵੀ ਕੁਝ ਪੱਲੇ ਹੈ,
ਜੇ ਪੱਲੇ ਹੁੰਦਾ ਤੇ ਮੰਗਣ ਦੀ ਲੋੜ ਕਿਉਂ ਸੀ? ਲੋੜ ਕੀ ਸੀ? ਪੱਲੇ ਨਹੀਂ ਹੈ ਤਾਂ ਹੀ ਤਾਂ ਫਿਰ ਮੰਗੀ ਜਾਂਦੇ ਆ ਨਾ। ਪਰ ਸਾਹਿਬ ਗਵਾਹੀ ਦੇ ਰਹੇ ਨੇ, ਕਹਿੰਦੇ ਸਭ ਕੁਛ ਪੱਲੇ ਪਾਏ, ਤੇਰੇ ਸਭ ਕੁਝ ਪੱਲੇ ਪੈ ਜਾਏਗਾ, ਇੱਕੋ ਦਾਤਾ ਮੰਗੀ ਹੈ। ਆਪੋ ਸਤਨਾਮ ਸਤਿ ਸ੍ਰੀ ਅਕਾਲ। ਬਈ ਇੱਕ ਦਾਤਾ ਮੰਗ ਲੈ, ਇੱਕ ਦਾਤਾ ਮੰਗ ਲੈ, ਸਭ ਤੇਰੇ ਪੱਲੇ ਪੈ ਜਾਏਗਾ।